ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਕਹਾਣੀ ਕੁਵਾਰੀ ਵਿਧਵਾ ਦਾ ਤੀਸਰਾ ਭਾਗ। ਬੇਨਤੀ ਹੈ ਕਿ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਇੱਕ ਨਵਾਂ ਪਾਤਰ ਜੋ ਕਿ ਸ਼ਾਮੇ ਦਾ ਦੋਸਤ ਹੈ, ਪਾਲਾ ਚੱਲ ਸ਼ਾਮੇ ਬੀਐਡ 'ਚ ਹੀ ਐਡਮਿਸ਼ਨ ਲੈ ਲਈਏ, ਵਿਹਲੇ ਬੈਠ ਕੇ ਵੀ ਕੀ ਕਰਦੇ ਹਾਂ। ਸ਼ਾਮਾ ਨਾ ਭਰਾਵਾ, ਆਪਣਾ ਤਾਂ ਟਾਈਮ ਨਹੀਂ, ਨਾਲੇ ਕੰਮ ਕਾਰ ਸੈੱਟ ਹੈ ਆਪਣਾ, ਵਧੀਆ ਬਿਜ਼ਨਸ ਹੈ, ਵਧੀਆ ਜ਼ਮੀਨ ਦਾ ਠੇਕਾ ਆ ਜਾਂਦਾ ਹੈ, ਇਹ ਖੇਤੀਬਾੜੀ ਹੈ ਹੋ ਜਾਂਦੀ, ਹੁਣ ਕੀ ਕਰਨਾ, ਵਾਲਾ ਪੜ੍ਹ ਕੇ ਕਿਹੜਾ ਨੌਕਰੀ ਲੱਗਣਾ ਹੈ, ਫਿਰ ਉਹੀ ਫਾਲਤੂ ਟੱਕਰਾਂ ਕਾਹਤੋਂ ਮਾਰਨੀਆਂ, ਬਸ 14 ਜਮਾਤਾਂ ਹੋ ਗਈਆਂ, ਬਥੇਰੀਆਂ ਨੇ। ਪਾਲਾ ਚੱਲ ਤੇਰੀ ਮਰਜ਼ੀ ਫਿਰ, ਪਰ ਮੇਰੇ ਨਾਲ ਚੱਲੇਗਾ। ਮੈਂ ਸੋਚਦਾ ਵੀ ਕਿ ਮੈਂ ਤਾਂ ਕਰ ਲਵਾਂ ਬੀਐਡ, ਕੱਲ੍ਹ ਨੂੰ ਪੱਕੀ ਨੌਕਰੀ ਲੈਣੀ ਸੌਖੀ ਹੋ ਜਾਵੇਗੀ। ਸ਼ਾਮਾ ਮੈਂ ਕਦੇ ਮਨ੍ਹਾ ਕਰਦਾ, ਚੱਲ ਜਿੱਥੇ ਚੱਲਣਾ ਹੈ। ਸ਼ਾਮਾ ਜਦੋਂ ਕਾਲਜ ਦੇ ਬਾਹਰ ਹੁੰਦਾ ਹੈ, ਉਹ ਮੀਨਾ ਨਾਲ ਸੀਬੋ ਨੂੰ ਬਾਹਰ ਨਿਕਲਦੇ ਵੇਖਦਾ ਹੈ, ਉਸ ਨੂੰ ਬੜੀ ਹੈਰਾਨੀ ਹੁੰਦੀ ਹੈ। ਉਹ ਅੰਦਰ ਜਾ ਕੇ ਪਤਾ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸੀਬੋ ਵੀ ਬੀਐਡ ਦਾ ਫਾਰਮ ਭਰਨ ਆਈ ਸੀ। ਪਾਲਾ ਕਿਸੇ ਨਾਲ ਫੋਨ 'ਤੇ ਰੁੱਝਾ ਹੁੰਦਾ ਹੈ। ਜਦੋਂ ਅੰਦਰ ਆਉਂਦਾ ਹੈ ਤਾਂ ਸ਼ਾਮੇ ਦੇ ਹੱਥ 'ਚ ਦੋ ਫਾਰਮ ਵੇਖ ਕੇ ਹੈਰਾਨ ਹੋ ਜਾਂਦਾ ਹੈ। ਪਾਲਾ ਆਹ ਦੂਜਾ ਫਾਰਮ ਕਿਹਦੇ ਵਾਸਤੇ ਹੈ? ਸ਼ਾਮਾ ਮੈਂ ਸੋਚਿਆ ਚੱਲ ਆਪਾਂ ਵੀ ਕਰ ਹੀ ਲੈਂਦੇ ਹਾਂ। ਪਾਲਾ ਪਰ ਤੂੰ ਤਾਂ ਕਹਿੰਦਾ ਸੀ ਕਿ ਆਪਾਂ ਨੂੰ ਵਿਹਲ ਹੀ ਨਹੀਂ, ਹੁਣ ਫਿਰ ਕੀ ਹੋਇਆ, ਕੰਮ ਕਿਵੇਂ ਕਰੇਗਾ? ਸ਼ਾਮਾ ਕੁਝ ਨਹੀਂ ਯਾਰ, ਤੂੰ ਤਾਂ ਨਾ ਮਗਰ ਹੀ ਪੈ ਜਾਂਦਾ ਹੈ, ਹੈ ਉਹ ਕੰਮ ਵੀ ਤੇਰੇ ਨਾਲ ਆ ਕੇ ਇੱਥੇ ਮੂਡ ਬਦਲ ਗਿਆ ਹੈ ਕਿ ਚੱਲ ਸੋਹਣਾ ਕਾਲਜ ਹੈ, ਵਧੀਆ ਟਾਈਮ ਪਾਸ ਹੋਊ, ਲਾ ਆਇਆ ਕਰੂੰ ਕਦੇ ਕਦੇ ਗੇੜਾ। ਪਾਲਾ ਆਹੋ ਮਸ਼ਕਰੀ ਕਰਦੇ ਹੋਏ, ਕਾਲਜ ਸੋਹਣਾ ਹੈ ਕਿ ਕੁੜੀਆਂ ਸੋਹਣੀਆਂ ਨੇ? ਸ਼ਾਮਾ ਤੂੰ ਵੀ ਐਵੇਂ ਹੀ ਕੁਝ ਵੀ ਮਾਰੀ ਜਾਂਦਾ ਹੈ, ਮਨ ਹੀ ਮਨ ਸੀਬੋ ਬਾਰੇ ਸੋਚ ਮੁਸਕਰਾਉਂਦਾ ਹੈ। ਪਾਲਾ ਵੇਖ ਕਿਵੇਂ ਚੋਲੇ ਖਿੰਡ ਗਏ। ਸ਼ਾਮਾ ਚੱਲ ਚੱਲ ਹੁਣ ਚੱਲੀਏ ਘਰਾਂ ਨੂੰ। ਸੀਬੋ ਕਾਲਜ ਜਾਣਾ ਸ਼ੁਰੂ ਕਰ ਦਿੰਦੀ ਹੈ, ਉਹ ਬੱਸ 'ਚ ਹੀ ਜਾਂਦੀ ਹੈ ਅਤੇ ਬੱਸ 'ਚ ਹੀ ਆਉਂਦੀ ਹੈ, ਕਾਲਜ 'ਚ ਵੀ ਕਿਸੇ ਨਾਲ ਵੱਧ ਘੱਟ ਬੋਲਦੀ ਨਹੀਂ, ਬਸ ਆਪਣੇ ਮਤਲਬ ਨਾਲ ਮਤਲਬ ਰੱਖਦੀ ਹੈ। ਹਾਂ ਪਰ ਮਨ ਹੀ ਮਨ ਬਹੁਤ ਖੁਸ਼ ਹੁੰਦੀ ਹੈ ਕਿ ਉਸਦਾ ਇਹ ਸੁਪਨਾ ਪੂਰਾ ਹੋਣ ਲੱਗ ਰਿਹਾ ਹੈ, ਬੀਐਡ ਕਰਕੇ ਉਹ ਕਿਸੇ ਸਕੂਲ ਵਿੱਚ ਨੌਕਰੀ ਕਰਨ ਲੱਗ ਜਾਵੇਗੀ ਅਤੇ ਕਿਸੇ 'ਤੇ ਬੋਝ ਨਹੀਂ ਬਣੇਗੀ। ਹਾਲਾਂਕਿ ਉਸਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ, ਪਰ ਫਿਰ ਵੀ ਉਹ ਅੱਕਦੀ ਥੱਕਦੀ ਨਹੀਂ, ਘਰ ਦਾ ਕੰਮ, ਪੜ੍ਹਾਈ, ਟਿਊਸ਼ਨਾਂ, ਅਚਾਰ ਬਣਾਉਣਾ ਸਭ ਕੁਝ ਕਰਕੇ ਵੀ ਉਸਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ। ਮਸਾਂ ਹੀ 4-5 ਘੰਟੇ ਸੌਣ ਨੂੰ ਮਿਲਦੇ ਉਸਨੂੰ, ਪਰ ਫਿਰ ਵੀ ਪਤਾ ਨਹੀਂ ਕਿਹੜਾ ਜਨੂੰਨ ਉਸ ਦੇ ਸਵਾਰ ਹੋ ਗਿਆ ਸੀ ਕਿ ਉਹ ਲਗਾਤਾਰ ਕੰਮ ਕਰਦੀ ਰਹਿੰਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉਸਨੂੰ ਕਹੇ ਕਿ ਉਸਦੀ ਪੜ੍ਹਾਈ ਕਰਕੇ ਘਰ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ, ਨਾਲ ਹੀ ਨਾਲ ਪੜ੍ਹਨਾ ਉਸਦਾ ਸੁਪਨਾ ਸੀ ਅਤੇ ਉਹ ਬੜੇ ਮਨ ਨਾਲ ਪੜ੍ਹਦੀ ਸੀ। ਪੂਰੇ ਕਾਲਜ 'ਚ ਸਭ ਨੂੰ ਪਤਾ ਸੀ ਕਿ ਜੋ ਕੰਮ ਕਿਸੇ ਤੋਂ ਵੀ ਨਹੀਂ ਕੀਤਾ ਹੋਣਾ ਉਹ ਸੀਬੋ ਨੇ ਜ਼ਰੂਰ ਪੂਰਾ ਕੀਤਾ ਹੋਣਾ। ਕਾਲਜ 'ਚ ਕੁਝ ਕੁੜੀਆਂ ਉਸ ਦੀਆਂ ਸਹੇਲੀਆਂ ਬਣ ਗਈਆਂ ਸਨ, ਕਿੰਨੇ ਹੀ ਮੁੰਡੇ ਵੀ ਉਸ ਦੀ ਲਿਆਕਤ ਅਤੇ ਖੂਬਸੂਰਤੀ ਵੇਖ ਕੇ ਉਸ ਨਾਲ ਦੋਸਤੀ ਕਰਨਾ ਚਾਹੁੰਦੇ ਸਨ। ਉਂਝ ਵੀ ਕਾਲਜ 'ਚ ਮੁੰਡੇ ਕੁੜੀਆਂ ਦੀ ਦੋਸਤੀ ਹੋਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਸੀਬੋ ਕਦੇ ਵੀ ਆਪਣੀ ਹੱਦ ਨਹੀਂ ਟੱਪਦੀ ਸੀ, ਨਾ ਹੀ ਕਿਸੇ ਨੂੰ ਫਾਲਤੂ ਲਿਫਟ ਦਿੰਦੀ ਸੀ। ਸਿੱਧੇ ਸਾਧੇ ਕੱਪੜੇ, ਚੁੰਨੀ ਨਾਲ ਟਕਿਆ ਸਿਰ, ਬਿਨਾਂ ਕਿਸੇ ਸਾਜ ਸ਼ਿੰਗਾਰ ਅਤੇ ਮੇਕਅਪ ਅਤੇ ਪੜ੍ਹਾਈ ਵਿੱਚ ਹਮੇਸ਼ਾ ਅੱਗੇ ਹੋਣ ਦੇ ਕਾਰਨ ਉਹ ਆਪਣੀ ਇੱਕ ਅਲੱਗ ਪਹਿਚਾਣ ਬਣਾ ਚੁੱਕੀ ਸੀ। ਕਾਲਜ 'ਚ ਹਰ ਸ਼ਖਸ ਉਸ ਨੂੰ ਜਾਣਦਾ ਸੀ, ਸ਼ਾਮਾਂ ਵੀ ਉਸਦੀ ਕਲਾਸ ਵਿੱਚ ਬੈਠਦਾ ਸੀ ਅਤੇ ਅਕਸਰ ਬੜੀ ਗੌਰ ਨਾਲ ਸੀਬੋ ਨੂੰ ਵੇਖਦਾ ਸੀ।
ਪਰ ਸੀਬੋ ਨੇ ਕਦੇ ਉਸਨੂੰ ਨੋਟਿਸ ਹੀ ਨਹੀਂ ਕੀਤਾ। ਸੀਬੋ ਆਪਣੇ ਵਤੀਰੇ ਅਤੇ ਅਚਾਨਕ ਨਾਲ ਸਭ ਅਧਿਆਪਕਾਂ ਦੀ ਵੀ ਮਨਪਸੰਦ ਬਣ ਚੁੱਕੀ ਸੀ। ਅਧਿਆਪਕ ਵੀ ਹਰ ਸਵਾਲ ਉਸੇ ਤੋਂ ਪੁੱਛਣਾ ਚਾਹੁੰਦੇ ਸਨ। ਹੁਣ ਸ਼ਾਮੇ ਨੇ ਉਸ ਦੀਆਂ ਨਜ਼ਰਾਂ 'ਚ ਆਉਣ ਲਈ ਜਾਣ ਬੁੱਝ ਕੇ ਕੰਮ ਨਾ ਕਰਨ ਦਾ ਬਹਾਨਾ ਕਰਨਾ ਜਾਂ ਟੀਚਰ ਨੂੰ ਕਹਿਣਾ ਕਿ ਉਸਨੂੰ ਕੋਈ ਸਵਾਲ ਸਮਝ ਨਹੀਂ ਆਇਆ। ਅਧਿਆਪਕ ਅਕਸਰ ਸੀਬੋ ਨੂੰ ਹੀ ਸਮਝਾਉਣ ਨੂੰ ਕਹਿ ਦਿੰਦੇ। ਸ਼ਾਮੇ ਦਾ ਮਨ ਦਾ ਰਾਂਝਾ ਖੁਸ਼ ਹੋ ਜਾਂਦਾ, ਪਰ ਸੀਬੋ ਨੂੰ ਨਾ ਚਾਹੁੰਦੇ ਹੋਏ ਵੀ ਉਸਨੂੰ ਸਮਝਾਉਣਾ ਪੈਂਦਾ। ਸੀਬੋ ਨੂੰ ਜ਼ਿਆਦਾ ਦੇਰ ਕੋਲ ਬਿਠਾਉਣ ਦੇ ਲਈ ਕਈ ਵਾਰ ਉਹ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਨਾ ਸਮਝਣ ਦਾ ਬਹਾਨਾ ਬਣਾਉਂਦਾ। ਪਾਲੇ ਨੇ ਇਹ ਸਭ ਵੇਖ ਲਿਆ ਸੀ ਅਤੇ ਉਹ ਸਭ ਸਮਝ ਵੀ ਗਿਆ ਸੀ। ਪਾਲਾ, ਅੱਛਾ ਤਾਂ ਇਹ ਗੱਲ ਹੈ। ਸ਼ਾਮਾ, ਕਿਹੜੀ ਗੱਲ ਹੈ? ਪਾਲਾ, ਜਨਾਬ ਇਸ਼ਕ ਫਰਮਾ ਰਹੇ ਨੇ। ਸ਼ਾਮਾ, ਫਾਲਤੂ ਭਕਾਈ ਨਾ ਮਾਰੋ, ਇਹੋ ਜਿਹੀ ਕੋਈ ਗੱਲ ਨਹੀਂ। ਪਾਲਾ, ਛੱਡਦੇ ਹੋਏ? ਅੱਛਾ, ਫਿਰ ਕਿਹੋ ਜਿਹੀ ਗੱਲ ਹੈ? ਆਹੋ ਭਾਈ, ਸਾਡੀਆਂ ਕਿਹੜਾ ਰੱਬ ਨੇ ਅੱਖਾਂ ਦਿੱਤੀਆਂ ਨੇ, ਸਾਨੂੰ ਕਿਹੜਾ ਨਜ਼ਰ ਆਉਂਦਾ ਹੈ ਵੀ ਸਾਡਾ ਯਾਰ ਕਿਹੜੇ ਕੰਮਾਂ 'ਚ ਰੁੱਝਾ ਹੋਇਆ ਹੈ। ਸ਼ਾਮਾ ਕੱਚਾ ਜਿਹਾ ਹੋ ਕੇ ਸਿਰ 'ਤੇ ਪਿੱਛੇ ਲਿਜਾ ਕੇ ਸਿਰ 'ਤੇ ਮਾਰਦਾ ਹੈ। ਪਾਲਾ ਥੋੜ੍ਹਾ ਗੰਭੀਰ ਹੋ ਕੇ, ਪਰ ਯਾਰ ਤੈਨੂੰ ਤਾਂ ਪਤਾ ਹੈ ਉਹ। ਸ਼ਾਮਾ, ਹਾਂ ਯਾਰ ਉਹ ਤਾਂ ਗੱਲ ਹੈ, ਪਰ ਯਾਰ ਵੇਖੀ ਕਿਸੇ ਨੂੰ ਪਤਾ ਨਾ ਲੱਗੇ ਇਸ ਗੱਲ ਦਾ, ਸੀਬੋ ਨੂੰ ਵੀ ਨਹੀਂ। ਸੀਬੋ ਦੀ ਜ਼ਿੰਦਗੀ 'ਚ ਹੁਣ ਥੋੜ੍ਹੀ ਜਿਹੀ ਖੁਸ਼ੀ ਆਉਣ ਲੱਗੀ ਹੈ, ਪਰ ਕਹਿੰਦੇ ਨੇ ਨਾ ਖੁਸ਼ੀ ਇਕੱਲੀ ਥੋੜ੍ਹੀ ਹੁੰਦੀ ਹੈ, ਨਾਲ ਹਜ਼ਾਰਾਂ ਮੁਸੀਬਤਾਂ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਇੱਕ ਦਿਨ ਬੱਸ ਤੋਂ ਉੱਤਰ ਕੇ ਕਾਲਜ ਵੱਲ ਜਾ ਰਹੀ ਸੀ। ਅੱਜ ਉਸ ਨੂੰ ਇਸਤਫਾਕ ਨਾਲ ਕੋਈ ਸਹੇਲੀ ਨਹੀਂ ਮਿਲੀ, ਇਕੱਲੀ ਹੀ ਆਪਣੀ ਰੋਹ ਵਿੱਚ ਤੁਰੀ ਜਾ ਰਹੀ ਸੀ। ਇੱਕ ਜਗ੍ਹਾ 'ਤੇ ਇੱਕ ਸੁੰਨਸਾਨ ਮੋੜ 'ਤੇ ਪਤਾ ਨਹੀਂ ਤਿੰਨ ਗੁੰਡੇ ਜਿਹੇ ਲੱਗਣ ਵਾਲੇ ਮੁੰਡੇ ਪਤਾ ਨਹੀਂ ਕਿੱਥੋਂ ਆ ਗਏ ਅਤੇ ਉਸ ਨੂੰ ਛੇੜਨ ਲੱਗੇ। ਸੀਬੋ ਦੇ ਤਾਂ ਸਾਹ ਸੁੱਕ ਗਏ। ਪਤਾ ਨਹੀਂ ਅੱਜ ਕਿਵੇਂ ਸ਼ਾਮੇ ਦੇ ਕਹੇ ਲਫ਼ਜ਼ ਉਸ ਨੂੰ ਜ਼ਿਹਨ 'ਤੇ ਉੱਭਰ ਆਏ ਅਤੇ ਉਸਦੇ ਅੰਦਰ ਰੋਹ ਭਰ ਗਿਆ ਅਤੇ ਉਹ ਡਰੀ ਨਹੀਂ, ਬਲਕਿ ਉਸਨੇ ਕੋਲ ਹੀ ਪਏ ਇੱਕ ਵੱਡੀ ਸਾਰੀ ਇੱਟ ਚੁੱਕ ਲਈ ਅਤੇ ਸ਼ੇਰਨੀ ਵਾਂਗ ਲਲਕਾਰੀ, ਹਟ ਜਾਓ ਪਰਾਂ ਜੇ ਖੈਰ ਚਾਹੁੰਦੇ ਹੋ, ਨਹੀਂ ਤਾਂ ਆਹ ਦੀਂਦੀ ਹੈ ਇੱਟ ਸਿਰ ਪਾੜਦੇ ਹੋ ਮਾਰ ਕੇ ਉਸਦਾ, ਜਿਹਨੇ ਮੇਰੇ ਵੱਲ ਪਹਿਲਾ ਕਦਮ ਵਧਾਇਆ। ਉਹ ਰੋਹ 'ਚ ਆਈ ਦੁਰਗਾ ਵਾਂਗ ਇੱਟ ਨੂੰ ਆਪਣੇ ਹੱਥ 'ਚ ਘੁਮਾਉਂਦੀ ਹੋਈ ਉਹਨਾਂ ਵੱਲ ਵਧਣ ਲੱਗੀ। ਉਹ ਮੁੰਡੇ ਡਰ ਨਾਲ ਪਿੱਛੇ ਹਟਣ ਲੱਗੇ। ਜਾਨ ਤਾਂ ਸਭ ਨੂੰ ਪਿਆਰੀ ਹੁੰਦੀ ਹੈ, ਕੋਈ ਵੀ ਪਹਿਲਾ ਕਦਮ ਵਧਾਉਣ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਸੀ। ਇੰਨੇ ਨੂੰ ਸ਼ਾਮਾ ਆ ਗਿਆ ਅਤੇ ਉਸਨੇ ਸੀਬੋ ਨੂੰ ਰਣਚੰਡੀ ਬਣੀ ਵੇਖ ਜ਼ੋਰਦਾਰ ਆਵਾਜ਼ 'ਚ ਬਸ ਇਹ ਬੋਲਿਆ, ਕੀ ਹੋ ਰਿਹਾ ਹੈ ਓਏ ਇੱਥੇ? ਬਸ ਇੰਨਾ ਬੋਲਣ ਦੀ ਦੇਰ ਸੀ, ਤਿੰਨੋਂ ਮੁੰਡੇ ਨਾਲ ਹੀ ਨਾਲ ਤਿੱਤਰ ਹੋ ਗਏ। ਸਾਹ ਤਾਂ ਉਹਨਾਂ ਦੇ ਪਹਿਲਾਂ ਹੀ ਸੁੱਕ ਪਏ ਸੀ। ਸੀਬੋ ਨੇ ਇੱਟ ਸੁੱਟ ਦਿੱਤੀ ਅਤੇ ਗੋਡਿਆਂ ਭਾਰ ਬਹਿ ਕੇ ਰੋਣ ਲੱਗ ਪਈ ਕਿ ਰੱਬ ਉਸ ਦੀਆਂ ਮੁਸੀਬਤਾਂ ਘੱਟ ਕਿਉਂ ਨਹੀਂ ਕਰਦਾ। ਸ਼ਾਮੇ ਨੇ ਬੜੇ ਸਬਰ ਨਾਲ ਉਸ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ, ਦੁਨੀਆ ਐਦਾਂ ਦੀ ਹੀ ਹੈ, ਡਰਦੇ ਨੂੰ ਡਰਾਉਂਦੀ ਹੈ। ਤੁਸੀਂ ਤਾਂ ਅੱਜ ਬੜੀ ਬਹਾਦਰੀ ਨਾਲ ਇਹਨਾਂ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਹੈ, ਤੁਸੀਂ ਐਦਾਂ ਕਮਜ਼ੋਰ ਨਾ ਬਣੋ। ਅਸਲ ਵਿੱਚ ਮੋਟਰਸਾਈਕਲ 'ਤੇ ਜਾਣ ਕਰਕੇ ਸ਼ਾਮਾ ਕਾਫੀ ਪਹਿਲਾਂ ਕਾਲਜ ਵਿੱਚ ਪਹੁੰਚ ਜਾਂਦਾ ਸੀ। ਹਮੇਸ਼ਾ ਦੀ ਤਰ੍ਹਾਂ ਅੱਜ ਉਸਨੇ ਸੀਬੋ ਨੂੰ ਬੱਸ 'ਤੇ ਚੜ੍ਹਦੇ ਤਾਂ ਵੇਖਿਆ ਸੀ, ਪਰ ਉਸ ਨੂੰ ਹੈਰਾਨੀ ਹੋਈ ਕਿ ਉਹ ਹਾਲੇ ਤੱਕ ਪਹੁੰਚੀ ਕਿਉਂ ਨਹੀਂ ਸੀ। ਉਸਨੇ ਸੀਬੋ ਦੀਆਂ ਇੱਕ ਦੋ ਸਹੇਲੀਆਂ ਤੋਂ ਵੀ ਪੁੱਛਿਆ ਸੀ, ਪਰ ਕਿਸੇ ਨੂੰ ਕੁਝ ਨਹੀਂ ਪਤਾ ਸੀ। ਪਤਾ ਨਹੀਂ ਕੀ ਸੋਚ ਕੇ ਸ਼ਾਮਾ ਸੀਬੋ ਨੂੰ ਵੇਖਣ ਲਈ ਆ ਰਿਹਾ ਸੀ, ਪਰ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਕਿ ਉਸ ਨੂੰ ਸੀਬੋ ਦਾ ਫਿਕਰ ਹੋ ਰਿਹਾ ਸੀ। ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸ਼ਾਮਾ ਸੀਬੋ ਨੂੰ ਕਾਲਜ ਲੈ ਗਿਆ, ਪਰ ਸੀਬੋ ਪੂਰਾ ਦਿਨ ਉਦਾਸ ਹੀ ਰਹੀ।
ਸੀਬੋ ਦਾ ਉਦਾਸ ਚਿਹਰਾ ਸ਼ਾਮੇ ਨੂੰ ਚੁੱਭਦਾ ਰਿਹਾ। ਸੀਬੋ ਵਿਚਾਰੀ ਮਨ ਤੋਂ ਦੁਖੀ ਸੀ, ਪਰ ਕਿਸੇ ਨੂੰ ਦੱਸ ਥੋੜ੍ਹੀ ਸਕਦੀ ਸੀ। ਬੜੀ ਮੁਸ਼ਕਲ ਨਾਲ ਜ਼ਿੰਦਗੀ ਜਿਉਣ ਦਾ ਇੱਕ ਰਾਹ ਲੱਭਿਆ ਸੀ, ਉਹ ਵੀ ਉਸ ਤੋਂ ਖੋਹ ਲਿਆ ਜਾਂਦਾ। ਪਰ ਉਹ ਉਸ ਪੂਰੀ ਰਾਤ ਰੋਂਦੀ ਹੀ ਰਹੀ। ਅਗਲੇ ਦਿਨ ਉਸਦਾ ਬਿਲਕੁਲ ਮਨ ਨਹੀਂ ਸੀ ਕਾਲਜ ਜਾਣ ਦਾ, ਪਰ ਕਿਸੇ ਨੂੰ ਕੀ ਦੱਸਦੀ। ਕਹਿੰਦੇ ਨੇ ਤੇਜ਼ ਤੂਫਾਨ 'ਚ ਕਿਸ਼ਤੀ ਡੁੱਬਣ ਦਾ ਖਤਰਾ ਹੁੰਦਾ ਹੈ, ਅਤੇ ਉਹ ਐਡੀ ਬੇਵਕੂਫ ਵੀ ਨਹੀਂ ਸੀ ਜੋ ਆਪਣੀ ਪੈਰੀ ਆਪ ਕੁਲਹਾੜੀ ਮਾਰਦੀ। ਇਸ ਲਈ ਚੁੱਪਚਾਪ ਤਿਆਰ ਹੋ ਕੇ ਚਲੀ ਗਈ। ਉਸ ਦੀਆਂ ਲਾਲ ਲਾਲ ਅੱਖਾਂ ਉਸ ਦੇ ਹਾਲਾਤ ਬਿਆਨ ਕਰ ਰਹੀਆਂ ਸਨ। ਸ਼ਾਮੇ ਨੂੰ ਉਸ ਦੀ ਹਾਲਤ ਵੇਖ ਕੇ ਅੰਦਰੋਂ ਤਕਲੀਫ ਹੋ ਰਹੀ ਸੀ, ਪਰ ਉਹ ਇਸ ਤਕਲੀਫ ਨੂੰ ਮਿਟਾਉਣ ਲਈ ਕੁਝ ਨਹੀਂ ਕਰ ਸਕਦਾ ਸੀ। ਅੱਜ ਪਹਿਲੀ ਵਾਰ ਸੀ ਕਿ ਸੀਬੋ ਆਪਣੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਠੀਕ ਤਰ੍ਹਾਂ ਨਹੀਂ ਦੇ ਪਾ ਰਹੀ ਸੀ, ਅਤੇ ਨਾ ਹੀ ਉਸ ਨੇ ਆਪਣਾ ਕੰਮ ਕੀਤਾ ਸੀ। ਮੌਕਾ ਮਿਲਦੇ ਹੀ ਸ਼ਾਮੇ ਨੇ ਉਸ ਨੂੰ ਪਹਿਲੀ ਵਾਰ ਹੱਕ ਨਾਲ ਝਿੜਕਿਆ। ਤੁਸੀਂ ਆਪਣੇ ਡਰ ਨੂੰ ਆਪਣੇ ਸੁਪਨਿਆਂ 'ਤੇ ਹਾਵੀ ਨਾ ਹੋਣ ਦਿਓ, ਤੁਹਾਡੇ ਸੁਪਨੇ ਤੁਹਾਡੇ ਡਰ 'ਤੇ ਤੋਂ ਕਿਤੇ ਵੱਡੇ ਨੇ। ਆਪਣੇ ਅੰਦਰ ਦੀ ਥੋੜ੍ਹੀ ਜਿਹੀ ਹਿੰਮਤ ਜਗਾਓ, ਤਾਂ 30 ਬਦਮਾਸ਼ ਵੀ ਆ ਜਾਣ ਜਾਂ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਇਹ ਆਪਣੇ ਆਪ ਨੂੰ ਵੱਡੇ ਬਦਮਾਸ਼ ਅਖਵਾਉਣ ਵਾਲੇ ਵੀ ਇਨਸਾਨ ਹੀ ਨੇ, ਤੁਹਾਡੇ ਅਤੇ ਮੇਰੇ ਵਰਗੇ। ਡਰੋ ਨਾ, ਬਾਕੀ ਕਦੇ ਵੀ ਕੋਈ ਪਰੇਸ਼ਾਨੀ ਹੋਵੇ ਮੈਨੂੰ ਦੱਸਣਾ। ਸੀਬੋ ਨੂੰ ਸ਼ਾਮੇ ਦੀਆਂ ਗੱਲਾਂ 'ਤੇ ਹਮੇਸ਼ਾ ਹੀ ਬੜਾ ਹੌਸਲਾ ਮਿਲਦਾ ਸੀ, ਅੱਜ ਵੀ ਉਸ ਨੂੰ ਕਾਫ਼ੀ ਹਿੰਮਤ ਮਿਲੀ। ਸੀਬੋ ਨੇ ਜਦੋਂ ਅੱਜ ਸ਼ਾਮੇ ਵੱਲ ਵੇਖਿਆ ਤਾਂ ਕਦੇ ਕੁਝ ਨਾ ਬੋਲਣ ਵਾਲੀ ਸੀਬੋ ਤੋਂ ਚੁੱਪ ਨਾ ਰਿਹਾ ਗਿਆ। ਬੜੀ ਗਹਿਰੀ ਸੱਟ ਲੱਗੀ ਹੈ ਤੁਹਾਡੇ ਮੱਥੇ 'ਤੇ, ਕਿਵੇਂ ਲੱਗ ਗਈ? ਸੀਬੋ ਦੇ ਸ਼ਹਿਦ ਵਰਗੇ ਬੋਲ ਸ਼ਾਮੇ ਦੇ ਧੁਰ ਦਿਲ 'ਚ ਉਤਰ ਰਹੇ ਸੀ। ਜੀ ਉਹ ਬਸ ਕੁਝ ਨਹੀਂ, ਅੱਜ ਨਾ ਸਵੇਰੇ ਸੁੱਤਾ ਉੱਠਿਆ ਤਾਂ ਪਤਾ ਨਹੀਂ ਕਿਵੇਂ ਬੇਧਿਆਨੀ ਨਾਲ ਦਰਵਾਜ਼ੇ ਦੇ ਕੁੰਡੇ ਨਾਲ ਟਕਰਾ ਗਿਆ। ਹੁਣ ਉਹ ਸੀਬੋ ਨੂੰ ਵਿਚਲੀ ਗੱਲ ਕਿਵੇਂ ਦੱਸਦਾ ਕਿ ਉਹਨਾਂ 3 ਬਦਮਾਸ਼ਾਂ ਨੂੰ ਉਸਨੇ ਕਿੰਨਾ ਕੁੱਟਿਆ ਸੀ, ਅਤੇ ਉਸ ਸਮੇਂ ਹੀ ਕਿਸੇ ਨੇ ਉਸਦੇ ਸਿਰ 'ਚ ਡੰਡਾ ਮਾਰ ਦਿੱਤਾ ਜਿਸ ਨਾਲ ਉਸਦੇ ਸਿਰ 'ਤੇ ਲਹੂ ਦਾ ਫੁਹਾਰਾ ਛੁੱਟ ਗਿਆ ਸੀ। ਆਪਣਾ ਧਿਆਨ ਰੱਖਿਆ ਕਰੋ, ਸੀਬੋ ਨੇ ਉਹਨੂੰ ਕਿਹਾ। ਸ਼ਾਮੇ ਦੇ ਅੰਦਰ ਜਿਵੇਂ ਕੋਈ ਸੰਗੀਤ ਵੱਜਣ ਲੱਗਾ ਸੀ। ਉਸਦੇ ਕਹੇ ਲਫ਼ਜ਼ਾਂ ਦਾ ਸਰੂਰ ਉਸਦੀ ਰੂਹ 'ਤੇ ਵੀ ਛਾ ਰਿਹਾ ਸੀ। ਜੀ ਜੀ ਜਦੋਂ ਸੀਬੋ ਵਾਪਸ ਘਰ ਆ ਰਹੀ ਸੀ ਤਾਂ ਉਹਨੂੰ 3 ਮੁੰਡੇ ਫਿਰ ਦਿਖਾਈ ਦਿੱਤੇ। ਸੀਬੋ ਨੇ ਤਾਂ ਤਰਾਹ ਹੀ ਨਿਕਲ ਗਈ ਸੀ, ਪਰ ਉਹ ਦਿਖੇ ਕਿ ਬਸ ਸਿੱਧਾ ਆ ਕੇ ਸੀਬੋ ਦੇ ਪੈਰੀ ਪੈ ਗਏ। ਉਹਨਾਂ ਸਭ ਦੇ ਸੱਟਾਂ ਲੱਗੀਆਂ ਹੋਈਆਂ ਸਨ। ਭੈਣੇ ਸਾਨੂੰ ਮਾਫ਼ ਕਰ ਦੇ, ਅੱਗੇ ਤੋਂ ਨਹੀਂ ਹੁੰਦੀ ਕੋਈ ਗਲਤੀ। ਪਰ ਅੱਜ ਸੀਬੋ ਇਕੱਲੀ ਨਹੀਂ ਸੀ, ਉਸ ਦੀਆਂ ਸਹੇਲੀਆਂ ਵੀ ਨਾਲ ਸੀ। ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਸਭ ਜੋ ਕੱਲ੍ਹ ਉਸ ਨੂੰ ਲਹੂ ਦੇ ਹੰਝੂ ਰੁਆ ਰਹੇ ਸਨ, ਅੱਜ ਉਸਦੇ ਪੈਰਾਂ 'ਚ ਕਿਉਂ ਡਿੱਗ ਰਹੇ ਨੇ? ਇੱਕ ਰਾਤ 'ਚ ਐਸਾ ਕੀ ਬਦਲ ਗਿਆ? ਸੀਬੋ ਦੀਆਂ ਅੱਖਾਂ 'ਚੋਂ ਹੰਝੂ ਦੀ ਧਾਰ ਵਹਿ ਰਹੀ ਸੀ। ਸੀਬੋ ਪਿੱਛੇ ਪਿੱਛੇ ਹੋ ਰਹੀ ਸੀ, ਪਰ ਉਹ ਪੈਰ ਹੀ ਨਹੀਂ ਛੱਡ ਰਹੇ ਸੀ। ਭੈਣੇ ਤੂੰ ਜਦੋਂ ਤੱਕ ਸਾਨੂੰ ਮਾਫ਼ ਨਹੀਂ ਕਰਦੀ, ਅਸੀਂ ਉਦੋਂ ਤੱਕ ਪੈਰ ਨਹੀਂ ਛੱਡਦੇ। ਸੀਬੋ ਹੈਰਾਨ ਪਰੇਸ਼ਾਨ ਜਿਹੀ ਖੜੀ ਸੀ। ਪਿੱਛੋਂ ਆਉਂਦੇ ਸ਼ਾਮੇ ਨੇ ਉਸ ਨੂੰ ਮਾਫ਼ ਕਰਨ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਵੀ ਕਹਿ ਦਿੱਤਾ, ਠੀਕ ਹੈ ਕੋਈ ਗੱਲ ਨਹੀਂ, ਜਾਓ ਹੁਣ। ਹੱਥ ਜੋੜਦੇ ਹੋਏ ਉੱਥੋਂ ਚਲੇ ਗਏ। ਸੀਬੋ ਹੁਣ ਵੀ ਓਨੀ ਹੀ ਹੈਰਾਨ ਪਰੇਸ਼ਾਨ ਜਿਹੀ ਖੜੀ ਸੀ। ਅਸਲ ਵਿੱਚ ਇੱਕ ਰਾਤ 'ਚ ਹੀ ਖਾਸਾ ਕੁਝ ਬਦਲ ਚੁੱਕਾ ਸੀ, ਪਰ ਕੀ ਅਸਲ ਵਿੱਚ ਇਹ ਸਭ ਕਰਿਆ ਧਰਿਆ ਸ਼ਾਮੇ ਦਾ ਸੀ। ਉਸ ਨੇ 3 ਬਦਮਾਸ਼ਾਂ ਨੂੰ ਇੰਨਾ ਧਮਕਾਇਆ ਸੀ ਕਿ ਉਹ ਕਦੇ ਕਿਸੇ ਕੁੜੀ ਵੱਲ ਨਜ਼ਰ ਚੁੱਕ ਕੇ ਵੇਖਣ ਦੀ ਸੋਚਣਗੇ ਵੀ ਨਹੀਂ, ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ
ਉਹ ਸੀਬੋ ਦੇ ਪੈਰੀ ਡਿੱਗ ਕੇ ਮਾਫ਼ੀ ਮੰਗ ਲੈਣ, ਨਹੀਂ ਤਾਂ ਉਹ ਬਿਨਾਂ ਕਿਸੇ ਅੰਜਾਮ ਦੀ ਪਰਵਾਹ ਕਰੇ ਉਹਨਾਂ ਨੂੰ ਜਾਨੋ ਮਾਰ ਦੇਵੇਗਾ। ਡਰ ਅੱਗੇ ਭੂਤ ਨੱਚੇ, ਬਸ ਪੈ ਗਏ ਸੀਬੋ ਦੇ ਪੈਰੀ। ਪਰ ਇੱਕ ਗੱਲ ਹੋਰ ਬਦਲ ਗਈ ਸੀ, ਉਹ ਸੀ ਸੀਬੋ ਲਈ ਸ਼ਾਮੇ ਦੀ ਚਿੰਤਾ। ਉਹ ਇਸ ਤਰ੍ਹਾਂ ਤਾਂ ਹਰ ਵਕਤ ਸੀਬੋ ਦੇ ਨਾਲ ਨਹੀਂ ਰਹਿ ਸਕਦਾ ਸੀ, ਇਸ ਲਈ ਉਸਨੇ ਸੋਚਿਆ ਕਿ ਉਹ ਵੀ ਉਸੇ ਬੱਸ 'ਚ ਆਇਆ ਜਾਇਆ ਕਰੇਗਾ ਜਿਸ 'ਚ ਸੀਬੋ ਆਉਂਦੀ ਜਾਂਦੀ ਹੈ। ਉਹ ਪਰਨੇ ਦੀ ਬੁੱਕਲ ਲੈ ਕੇ ਥੋੜ੍ਹਾ ਇਸ ਹਿਸਾਬ ਨਾਲ ਬੱਸ ਵਿੱਚ ਬੈਠ ਜਾਂਦਾ ਕਿ ਸੀਬੋ ਉਸਨੂੰ ਵੇਖ ਨਾ ਸਕੇ, ਪਰ ਉਹ ਉਸ 'ਤੇ ਆਪਣੀ ਨਜ਼ਰ ਰੱਖ ਸਕੇ। ਉਸਨੇ ਕੰਡਕਟਰ ਨੂੰ ਪੈਸੇ ਦੇ ਕੇ ਉਸ ਲਈ ਸੀਟ ਵੀ ਰਾਖਵੀਂ ਕਰ ਲਈ ਸੀ ਕਿ ਜਦੋਂ ਵੀ ਉਹ ਆਵੇ ਉਸਨੂੰ ਸੀਟ ਬੈਠਣ ਲਈ ਜ਼ਰੂਰ ਮਿਲਣੀ ਚਾਹੀਦੀ ਹੈ। ਸੀਬੋ ਕਈ ਵਾਰ ਹੈਰਾਨ ਵੀ ਹੁੰਦੀ ਕਿ ਇੰਨੀ ਭਰੀ ਬੱਸ ਵਿੱਚ ਵੀ ਉਸਨੂੰ ਕੰਡਕਟਰ ਸੀਟ ਕਿਵੇਂ ਦੇ ਦਿੰਦਾ ਹੈ, ਪਰ ਕੰਡਕਟਰ ਨੂੰ ਕੁਝ ਵੀ ਦੱਸਣ ਦੀ ਮਨਾਹੀ ਸੀ। ਉਹ ਸਿਰਫ ਇਹੀ ਕਹਿੰਦਾ, ਪਿੱਛੇ ਹਟ ਜਾਓ ਬਈ, ਰੋਜ਼ ਆਉਣ ਜਾਣ ਵਾਲੀ ਸਵਾਰੀ ਹੈ। ਪਿਆਰ ਦੀ ਇੰਤਹਾ ਹੀ ਹੈ ਇਹ, ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਜਿਤਾਏ, ਕਿਸੇ ਦੀ ਹੱਦੋਂ ਵੱਧ ਪਰਵਾਹ ਕਰਨਾ, ਤਾਰੇ ਤੋੜਨਾ, ਸਮੁੰਦਰ ਲੰਘਣਾ ਤਾਂ ਸਭ ਫਿਲਮੀ ਗੱਲਾਂ ਨੇ, ਝੂਠ ਹੀ ਹੁੰਦੀਆਂ ਹੈ। ਨਾ, ਇਹ ਸਭ ਤਾਂ ਅਸਲ ਇਸ਼ਕ ਤਾਂ ਇਹੀ ਹੈ। ਸੀਬੋ ਦੀ ਜ਼ਿੰਦਗੀ ਕੁਝ ਕੁਝ ਟਰੈਕ 'ਤੇ ਆ ਰਹੀ ਸੀ। ਟਿਊਸ਼ਨਾਂ ਨਾਲ ਥੋੜ੍ਹਾ ਬਹੁਤ ਕਮਾ ਲੈਂਦੀ ਸੀ ਅਤੇ ਕੁਝ ਅਚਾਰ ਵੇਚ ਕੇ ਕਮਾ ਲੈਂਦੀ ਸੀ। ਹਾਲਾਂਕਿ ਅਚਾਰ ਵੇਚ ਕੇ ਇੰਨਾ ਪੈਸਾ ਨਹੀਂ ਬਣਦਾ ਸੀ, ਪਰ ਉਸ ਦੇ ਜੇਠ ਸ਼ਗਨੇ ਨੂੰ ਪਤਾ ਸੀ ਕਿ ਸੀਬੋ ਅਣਖ ਵਾਲੀ ਅਤੇ ਖੁੱਦਾਰ ਕੁੜੀ ਹੈ ਅਤੇ ਉਸ ਦੀ ਮਦਦ ਲੈਣਾ ਨਹੀਂ ਚਾਹੁੰਦੀ। ਇਸ ਲਈ ਉਹ ਜਾਣਬੁੱਝ ਕੇ ਉਸ ਨੂੰ ਅਚਾਰ ਦੀ ਕਮਾਈ ਦੇ ਨਾਮ 'ਤੇ ਵੱਧ ਪੈਸੇ ਦੇ ਦਿੰਦਾ ਸੀ ਤਾਂ ਕਿ ਉਸ ਨੂੰ ਪੜ੍ਹਾਈ ਵਾਸਤੇ ਕੋਈ ਤੰਗੀ ਨਾ ਰਹੇ। ਸੀਬੋ ਕਈ ਵਾਰ ਭਰਾ ਵਰਗੇ ਵੱਡੇ ਜੇਠ ਨੂੰ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਨਾਲ ਇਕੱਲੇ ਘੁਲਦੀ ਵੇਖਦੀ ਸੀ ਤਾਂ ਉਸਦਾ ਬੜਾ ਖੂਨ ਫੂਕਦਾ ਸੀ। ਕਬੀਲਦਾਰੀ ਵੱਡੀ ਸੀ ਅਤੇ ਖਰਚੇ ਵੀ। ਮਦਨੇ ਦੀ ਮੌਤ ਪਿੱਛੋਂ ਕੋਈ ਹੋਰ ਹੈ ਵੀ ਨਹੀਂ ਸੀ ਘਰ ਸੰਭਾਲਣ ਵਾਲਾ। ਦਿਓਰ ਨਕਾਰਾ ਸੀ, ਜਮਾਂ ਅਤੇ ਸਹੁਰੇ ਤੋਂ ਵੀ ਕੰਮ ਨਹੀਂ ਹੁੰਦਾ ਸੀ, ਸੋ ਉਹ ਜਲਦੀ ਤੋਂ ਜਲਦੀ ਕੋਈ ਨੌਕਰੀ ਲੱਗ ਕੇ ਆਪਣੇ ਜੇਠ ਦੀ ਸੱਜੀ ਬਾਂਹ ਬੰਨਣਾ ਚਾਹੁੰਦੀ ਸੀ। ਉੱਧਰ ਇੱਕ ਦਿਨ ਪਾਲੇ ਨੇ ਗੱਲਾਂ ਗੱਲਾਂ ਵਿੱਚ ਸੀਬਨ ਨੂੰ ਦੱਸ ਦਿੱਤਾ ਕਿ ਬਦਮਾਸ਼ਾਂ ਨੂੰ ਸ਼ਾਮੇ ਨੇ ਕੁੱਟਿਆ ਸੀ ਅਤੇ ਇਸੇ ਚੱਕਰ 'ਚ ਹੀ ਉਸ ਦੇ ਸੱਟ ਵੱਜੀ ਸੀ, ਤਾਂ ਸੀਬੋ ਨੇ ਸ਼ਾਮੇ ਦੀ ਬੜੀ ਕਲਾਸ ਲਗਾਈ। ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਜ਼ਿਆਦਾ ਸ਼ੌਂਕ ਹੈ ਜੋਨਾ ਮੋੜ ਬਣਨ ਦਾ, ਫੇਰ ਕਾਲਜ ਆਉਣ ਦੀ ਕੀ ਜ਼ਰੂਰਤ ਹੈ, ਇਹੀ ਸਭ ਕਰ ਲਿਆ ਕਰੋ ਨਾ, ਆਪਣਾ ਨਹੀਂ ਤਾਂ ਆਪਣੇ ਪਰਿਵਾਰ ਵਾਲਿਆਂ ਦੀ ਫਿਕਰ ਕਰ ਲੈਂਦੇ, ਪਰ ਲੱਗਦਾ ਤੁਹਾਨੂੰ ਕਿਸੇ ਦੀ ਭੋਰਾ ਵੀ ਪਰਵਾਹ ਨਹੀਂ। ਸੀਬੋ ਦੇ ਬੋਲ ਸ਼ਾਮੇ ਨੂੰ ਮਿਸ਼ਰੀ ਵਰਗੇ ਲੱਗ ਰਹੇ ਸੀ, ਉਸ ਨੂੰ ਉਹ ਅੱਖਾਂ ਬੰਦ ਕਰਕੇ ਉਮਰਾਂ ਤੱਕ ਸੁਣ ਸਕਦਾ ਸੀ। ਉਹ ਹੀ ਤਾਂ ਕਰ ਰਿਹਾ ਸੀ, ਬੁੱਲਾਂ 'ਚ ਬਹੁਤ ਹਲਕਾ ਜਿਹਾ ਬੋਲਿਆ ਸ਼ਾਮਾ। ਜੀ ਕੀ ਕਿਹਾ ਤੁਸੀਂ, ਸੀਬੋ ਨੇ ਪੁੱਛਿਆ। ਜੀ ਇਹੋ ਕਿ ਬਸ ਅੱਗੇ ਤੋਂ ਧਿਆਨ ਰੱਖੂੰਗਾ, ਸ਼ਾਮਾ ਬੋਲ ਰਿਹਾ ਸੀ। ਸੀਬੋ ਤੋਂ ਤਾਂ ਇਹ ਕਹਿ ਕੇ ਉਸਨੇ ਖਿਹੜਾ ਛੁਡਾ ਲਿਆ, ਪਰ ਬਾਅਦ ਵਿੱਚ ਪਾਲੇ ਨੂੰ ਬੜਾ ਦਬਲਿਆ ਕਿ ਉਸਨੇ ਉਸ ਦੀ ਚੁਗਲੀ ਸੀਬੋ ਕੋਲ ਕੀਤੀ ਤਾਂ ਕੀਤੀ ਕਿਵੇਂ। ਪਾਲਾ ਵਿਚਾਰਾ ਸਿੱਧਾ ਹੋ ਗਿਆ, ਆਹੋ ਇੱਕ ਤਾਂ ਤੇਰਾ ਕੰਮ ਕਰਾਂ, ਬਸ ਬਸ ਤੂੰ ਰਹਿਣ ਦੇ ਐਸੇ ਕੰਮ ਨੂੰ, ਅੱਜ ਮਰਵਾ ਤਾ ਸੀ। ਸ਼ਾਮਾ ਉਸਨੂੰ ਪਿਆਰ ਨਾਲ ਝਿੜਕ ਰਿਹਾ ਸੀ। ਸੀਬੋ ਨੂੰ ਵੀ ਮਨ ਹੀ ਮਨ ਇੱਕ ਅਜੀਬ ਜਿਹੀ ਅਹਿਸਾਸ ਹੋ ਰਿਹਾ ਸੀ ਕਿ ਕੋਈ ਉਸ ਨਾਲ ਵੀ ਖੜਾ ਏ। ਉਸ ਨੂੰ ਤਾਂ ਉਸ ਦੇ ਮਾਪਿਆਂ ਨੇ ਵੀ ਰੁਲਣ ਲਈ ਇਕੱਲਾ ਛੱਡ ਦਿੱਤਾ, ਪਰ ਉਹ ਅਣਜਾਣ ਇਨਸਾਨ ਜੋ ਉਸਦਾ ਕੁਝ ਨਹੀਂ ਲੱਗਦਾ, ਉਹ ਉਸ ਲਈ ਰੱਬ ਬਣ ਕੇ ਹਰ ਜਗ੍ਹਾ ਬੋੜ ਜਾਂਦਾ ਏ।
ਉਹ ਕਦੇ ਵੀ ਮੁਸੀਬਤ 'ਚ ਪੈਂਦੀ ਹੈ ਜਿਵੇਂ ਸ਼ਾਮੇ ਨੂੰ ਰੱਬ ਆਪ ਮਦਦ ਕਰਨ ਲਈ ਭੇਜ ਦਿੰਦਾ ਹੈ। ਉਸ ਨੂੰ ਸ਼ਾਮੇ ਦੀਆਂ ਗੱਲਾਂ ਹਰ ਵਕਤ ਯਾਦ ਆਉਣ ਲੱਗੀਆਂ ਨੇ ਕਿ ਕਿਵੇਂ ਹਰ ਕਦਮ 'ਤੇ ਉਸ ਨੂੰ ਹੌਸਲਾ ਦਿੰਦਾ ਹੈ। ਇਸ ਦੁਨੀਆ ਵਿੱਚ ਇੱਕ ਇਕੱਲੀ ਸਿਰੋਂ ਨੰਗੀ ਔਰਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਉੱਥੇ ਉਹ ਕਦੇ ਕਿਸੇ ਵੱਲ ਕਦੇ ਅੱਖ ਚੱਕ ਕੇ ਵੀ ਨਹੀਂ ਵੇਖਦਾ। ਨਾ ਚਾਹੁੰਦੇ ਹੋਏ ਵੀ ਸ਼ਾਮਾ ਕਿਤੇ ਨਾ ਕਿਤੇ ਸੀਬੋ ਦੇ ਦਿਲ ਦੇ ਕਿਸੇ ਕੋਨੇ 'ਚ ਆਪਣੀ ਜਗ੍ਹਾ ਬਣਾਉਂਦਾ ਜਾ ਰਿਹਾ ਸੀ। ਹੁਣ ਸੀਬੋ ਪਹਿਲਾਂ ਨਾਲੋਂ ਥੋੜ੍ਹਾ ਬਹੁਤ ਖੁਸ਼ ਵੀ ਰਹਿਣ ਲੱਗੀ ਸੀ ਅਤੇ ਕਦੇ ਕਦੇ ਆਪਣੀਆਂ ਸਹੇਲੀਆਂ ਨਾਲ ਹੱਸਾ ਠੱਠਾ ਵੀ ਕਰ ਲੈਂਦੀ ਸੀ। ਸੀਬੋ ਨੂੰ ਐਵੇਂ ਹੱਸਦੇ ਵੇਖ ਕੇ ਸ਼ਾਮੇ ਦੇ ਅੰਦਰ ਹਜ਼ਾਰਾਂ ਤਿਤਲੀਆਂ ਉੱਡਣ ਲੱਗਦੀਆਂ ਸੀ। ਸ਼ਾਮਾ ਇੱਕ ਪੱਕਾ ਆਸ਼ਿਕ ਬਣ ਗਿਆ ਸੀ ਅਤੇ ਜਿਸ ਦਾ ਮਕਸਦ ਆਪਣੀ ਮਸ਼ੂਕ ਨੂੰ ਖੁਸ਼ ਵੇਖਣਾ ਸੀ ਭਾਵੇਂ ਕਿਸੇ ਵੀ ਕੀਮਤ 'ਤੇ ਕਿਉਂ ਨਾ ਹੋਵੇ। ਕਹਿੰਦੇ ਨੇ ਨਾ ਇਸ਼ਕ ਕਰਨ ਵਾਲੇ ਜਾਨ ਗੁਆ ਕੇ ਵੀ ਮਹਿਬੂਬ ਦੀ ਸਦਾ ਮੰਗਦੇ ਨੇ, ਉਸ ਦੀਆਂ ਖੁਸ਼ੀਆਂ ਦੇ ਲਈ ਹਜ਼ਾਰਾਂ ਸਜਦੇ ਕਰਦੇ ਨੇ। ਉਹੀ ਹਾਲ ਸ਼ਾਮੇ ਦਾ ਵੀ ਸੀ। ਪਰ ਕਹਿੰਦੇ ਨੇ ਨਾ ਖੁਸ਼ੀਆਂ ਨੂੰ ਵੀ ਕਦੇ ਹਰ ਕਿਸੇ ਨੂੰ ਰਾਸ ਨਹੀਂ ਆਉਂਦੀਆਂ ਅਤੇ ਸੀਬੋ ਤਾਂ ਲੇਖ ਹੀ ਕਾਲੇ ਲਿਖਾ ਕੇ ਆਈ ਸੀ। ਸੀਬੋ ਤਾਂ ਖੁਸ਼ੀ ਨਾਲ ਲਗਭਗ ਚੀਖ ਹੀ ਉੱਠੀ ਜਦੋਂ ਉਸਨੇ ਕਾਲਜ ਵਿੱਚ ਆਪਣੀ ਮਾਂ ਤੋਂ ਛੋਟੇ ਭਰਾ ਨੂੰ ਉਸ ਨੂੰ ਮਿਲਣ ਲਈ ਆਉਂਦਿਆਂ ਵੇਖਿਆ। ਇੰਨੇ ਸਾਲਾਂ ਵਿੱਚ ਉਹ ਪਹਿਲੀ ਵਾਰ ਹੋਇਆ ਸੀ ਜਦੋਂ ਮਾਂ ਉਸ ਨੂੰ ਆਪ ਮਿਲਣ ਆਈ ਸੀ। ਮਾਂ ਨੂੰ ਵੇਖਦਿਆਂ ਹੀ ਉਸਨੇ ਭੱਜ ਕੇ ਜੱਪੀ ਪਾ ਲਈ ਅਤੇ ਨਾਲ ਹੀ ਛੋਟੇ ਭਰਾ ਨੂੰ ਵੀ ਕਲਾਵੇ ਵਿੱਚ ਲੈ ਲਿਆ। ਮਾਂ ਤੂੰ ਇੱਥੇ ਕਿਵੇਂ, ਕਿਉਂ ਆ ਨਹੀਂ ਸਕਦੀ ਆਪਣੀ ਧੀ ਨੂੰ ਮਿਲਣ, ਉਸਦੀ ਮਾਂ ਨੇ ਹੱਸਦੇ ਹੋਏ ਥੋੜ੍ਹਾ ਹਰਖ ਨਾਲ ਕਿਹਾ। ਬਿਲਕੁਲ ਆ ਸਕਦੀ ਹੈ ਮਾਂ, ਉਸਨੇ ਆਪਣੀ ਮਾਂ ਨੂੰ ਕੰਟੀਨ 'ਚ ਇੱਕ ਕੁਰਸੀ 'ਤੇ ਬਿਠਾਉਂਦਿਆਂ ਕਿਹਾ। ਸੀਬੋ ਨੇ ਆਪਣੀ ਮਾਂ ਦੇ ਮਨ੍ਹਾ ਕਰਨ 'ਤੇ ਵੀ ਦੋਹਾਂ ਲਈ ਚਾਹ ਸਮੋਸੇ ਮੰਗਵਾ ਲਏ। ਅਖੀਰ ਮਾਂ ਕਿੰਨੇ ਚਿਰ ਬਾਅਦ ਮਿਲੀ ਸੀ, ਬਸ ਇਹ ਸਭ ਦੀ ਕੀ ਜ਼ਰੂਰਤ ਸੀ। ਲੈ ਆਹ ਤੇਰੇ ਵਾਸਤੇ ਖੀਰ ਪੂੜੇ ਬਣਾ ਕੇ ਲਿਆਈ ਹਾਂ, ਤੀਆਂ ਨੇ ਨਾ ਅੱਜ ਸੋਚਿਆ ਤੈਨੂੰ ਪਸੰਦ ਹੈ ਨਾ, ਤਾਂ ਲੈ ਜਾਵਾਂ, ਲੈ ਖਾ ਲੈ। ਇੰਨੇ ਸਾਲਾਂ ਬਾਅਦ ਮਾਂ ਦੇ ਹੱਥ ਦੇ ਪਕਵਾਨ ਵੇਖ ਸੀਬੋ ਤੋਂ ਸਬਰ ਹੀ ਨਹੀਂ ਹੋਇਆ। ਉਸਨੇ ਉੱਥੇ ਹੀ ਖੋਲ੍ਹ ਕੇ ਖਾਣੇ ਸ਼ੁਰੂ ਕਰ ਦਿੱਤੇ ਅਤੇ ਨਿੱਕੇ ਨੂੰ ਵੀ ਖਾਣ ਲਈ ਕਿਹਾ, ਪਰ ਉਹ ਤਾਂ ਸਮੋਸੇ ਖਾਣ ਵਿੱਚ ਰੁੱਝਿਆ ਹੋਇਆ ਸੀ। ਬਸ ਬਸ ਭੈਣੇ ਤੂੰ ਹੀ ਖਾ, ਸਾਨੂੰ ਤਾਂ ਮਾਂ ਰੋਜ਼ ਆਹੀ ਕੁਝ ਹੀ ਖਵਾਈ ਜਾਂਦੀ ਹੈ, ਮੈਂ ਤਾਂ ਅੱਕ ਗਿਆ ਖਾ ਖਾ ਕੇ। ਉਸ ਦਾ ਟੋਨ ਵੇਖ ਕੇ ਸੀਬੋ ਦਾ ਹਾਸਾ ਨਿਕਲ ਗਿਆ ਅਤੇ ਉਸਨੇ ਚੁੱਪ ਚਾਪ ਖੀਰ ਨਾਲ ਪੂੜੇ ਖਾਣੇ ਸ਼ੁਰੂ ਕਰ ਦਿੱਤੇ। ਢਿੱਡ ਦੇ ਨਾਲ ਨਾਲ ਉਸਦੀ ਆਤਮਾ ਵੀ ਤ੍ਰਿਪਤ ਹੋ ਗਈ ਸੀ। ਨਾਲੇ ਸੁਣੋ, ਆਹ ਸੂਟ ਤੇਰੇ ਵਾਸਤੇ ਲਿਆਈ ਹਾਂ, ਨਾਲੇ ਆਹ ਬਿਸਕੁਟ, ਅਤੇ ਹਾਂ ਆਹ ਕੁਝ ਪੈਸੇ ਵੀ ਰੱਖ ਲੈ। ਮਾਂ ਉਸਨੂੰ ਸੁਗਾਤਾਂ ਦੇ ਰਹੀ ਸੀ। ਮਾਂ ਇਹ ਸਭ ਦੀ ਕੀ ਜ਼ਰੂਰਤ ਹੈ, ਥੈਲਾ ਫੜਦੀ ਸੀਬੋ ਕਹਿਣ ਲੱਗੀ। ਨਾਲੇ ਸੁਣ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ, ਸੋਚਿਆ ਤੇਰੇ ਸਹੁਰੇ ਆਉਂਦੀ ਚੰਗੀ ਨਹੀਂ ਲੱਗਦੀ, ਇਸ ਲਈ ਇੱਥੇ ਆ ਕੇ ਹੀ ਕਰ ਲੈਂਦੀ ਹਾਂ। ਚੱਲ ਚੰਗਾ ਕੀਤਾ, ਤੁਸੀਂ ਕਿਸੇ ਬਹਾਨੇ ਮਿਲਣ ਤਾਂ ਏ, ਨਿੱਕੇ ਵੀਰ ਨੂੰ ਲਾਡ ਲੜਾਉਂਦੀ ਸੀਬੋ ਕਹਿਣ ਲੱਗੀ। ਪਰ ਗੱਲ ਕੀ ਹੈ ਮਾਂ, ਜਿਹਦੇ ਲਈ ਤੂੰ ਆਪ ਚੱਲ ਕੇ ਉਰੇ ਆਈ ਹੈ। ਤਾਂ ਦਰਸ਼ਕੋ, ਇਹ ਸੀ ਕਹਾਣੀ ਕੁਵਾਰੀ ਵਿਧਵਾ ਦਾ ਤੀਸਰਾ ਭਾਗ। ਇਸ ਦਾ ਅਗਲਾ ਭਾਗ ਲੈ ਕੇ ਤੁਹਾਡੇ ਲਈ ਕੱਲ੍ਹ ਨੂੰ ਜਲਦ ਹੀ ਪੇਸ਼ ਹੋਵਾਂਗੇ। ਕਿਰਪਾ ਕਰਕੇ ਸਾਡੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ।